उस तरह की जी मैं दस्या सी मैनू 30-32 कांस्टेबल दे के नाल जिहड़ा उस समय दा आधुनिक असला दे के लाया गया सी जी। तो वह पिंड दे विच सी पहला ऑर्डिनरी चौकी सी इक एस आई ला के 5-7 मुलाजम सीगे उहनू अपग्रेड करके असाल्ट पोस्ट लाया गया ते उन्होंने सारयां नू बदल के मैनू ते नवीं फोर्स मेरे नाल लाई गई यंग मुंडे मेरे नाल लाए गए सी। तो पिंड दे विच ही एक किराए की कोठी दे विचों बनी हुई सी पिंड दा लगभग एक पासे जी ते असीं गश्त करना सी पहले दिन ही रात नू पट्रोलिंग ते जाना सी मेरे नाल 8-10 मुलाजम ते असीं तुरे जा रहे नेरा हो चुकिया सी पिंड दे विच ते सामने कुछ पिंड दे जिहड़े सीगे बजुर्ग ला लो ज़्यादातर बजुर्ग ही बहिंदे शाम नू बैठे सानू देख के उठ के खिसकण लगे काली काली मैं उन्हां नू आवाज़ मारी मैं की गल हो गई सर जी गलती हो गई मैं की गलती हो गई कहिंदे असीं इत्थे बैठे सी ਇਹ ਗਲਤੀ ਹੋ ਗਈ ਮੈਂ ਤੁਹਾਨੂੰ ਕਿਵੇਂ ਪਤਾ ਕਹਿੰਦੇ ਪਹਿਲਾਂ ਜਿਹੜੇ ਥਾਣੇਦਾਰ ਸਾਹਿਬ ਜੀ ਉਹ ਤਾਂ ਭਜਾ ਦਿੰਦੇ ਸੀ ਵੀ ਸਾਹਮਣੇ ਕੁੱਟ ਕੇ ਡੰਡੇ ਮਾਰਦੇ ਸੀ ਵੀ ਅੰਦਰ ਵੜ ਜਾਓ ਹਾਲਾਤ ਬਹੁਤ ਮਾੜੇ ਨੇ ਅਤੇ ਮੈਂ ਕਿਹਾ ਵੀ ਜੇ ਤੁਹਾਨੂੰ ਅੰਦਰ ਵੜ ਕੇ ਮੈਂ ਵੀ ਅੰਦਰ ਵੜ ਕੇ ਸੌ ਜਾਂ ਫਿਰ ਹਾਲਾਤ ਕਦੇ ਵੀ ਠੀਕ ਨਹੀਂ ਹੋਣੇ ਤੁਸੀਂ ਐਂ ਕਰੋ ਆਹ ਜਿਹੜੀ ਜਗ੍ਹਾ 'ਤੇ ਬੈਠ ਕੇ ਗੱਲਾਂ ਬਾਤਾਂ ਕਰ ਰਹੇ ਹੋ ਕਿਸੇ ਇੱਥੇ ਬੈਠਣ 'ਤੇ ਤੁਹਾਨੂੰ ਕਿਸੇ ਨੂੰ ਇਤਰਾਜ਼ ਤਾਂ ਨਹੀਂ ਕਹਿੰਦੇ ਨਹੀਂ ਸਾਂਝੀ ਥਾਂ ਨਹੀਂ ਮੈਂ ਤੁਸੀਂ ਸਾਰੀ ਰਾਤ ਬੈਠ ਕੇ ਇੱਥੇ ਗੱਲਾਂ ਕਰੋ ਅਤੇ ਮੈਂ ਤੁਹਾਡੀ ਰਾਖੀ ਕਰਦਾ ਹਾਲਾਤ ਤਾਂ ਠੀਕ ਹੋਣਗੇ ਅਤੇ ਜੇ ਰੋਜ਼ ਅੰਦਰ ਵੜਦੇ ਰਹੇ ਤਾਂ ਹਾਲਾਤ ਫਿਰ ਉਹੋ ਜਿਹੇ ਰਹਿਣਗੇ ਉਹਨਾਂ ਵਿੱਚੋਂ ਇੱਕ ਬੋਲਿਆ ਅੱਛਾ ਜੀ ਫਿਰ ਅਸੀਂ ਰਾਤ ਨੂੰ ਪਾਣੀ ਵੀ ਲਾ ਲਿਆ ਕਰੀ ਫਸਲਾਂ ਨੂੰ ਮੈਂ ਕੀ ਗੱਲ ਤੁਸੀਂ ਲਾਉਂਦੇ ਨਹੀਂ ਕਹਿੰਦਾ ਨਾ ਜੀ ਪਹਿਲਾਂ ਥਾਣੇਦਾਰ ਸਾਹਿਬ ਤੋਂ ਪਾਣੀ ਲਾਉਣ ਨਹੀਂ ਸੀ ਜਾਣ ਦਿੰਦੇ ਨਿਕਲ ਨਹੀਂ ਸੀ ਦਿੰਦੇ ਮੈਂ ਕਿਹਾ ਲਾਇਆ ਕਰੋ ਜਿਹਦੀ ਰਾਤ ਦੀ ਵਾਰੀ ਹੁੰਦੀ ਆ ਖੇਤ ਨੂੰ ਜਾਣਾ ਇੱਕ ਚੌਂਕੀ 'ਚ ਦੱਸ ਜਾਇਆ ਕਰੋ ਵੀ ਇਸ ਪਾਸੇ ਨੂੰ ਅੱਜ ਮੈਂ ਰਾਤ ਨੂੰ ਪਾਣੀ ਲਾਉਣ ਜਾਣਾ ਸਾਨੂੰ ਪਤਾ ਹੋਵੇ ਕਿਉਂਕਿ ਅਸੀਂ ਰਾਤ ਨੂੰ ਲੋਕੇ ਨਾਕੇ ਵੀ ਲਾਉਂਦੇ ਹਾਂ ਅਸੀਂ ਕੁਛ ਵੀ ਕਰਦੇ ਹਾਂ ਸਾਨੂੰ ਸ਼ੱਕ ਹੋਊ ਅਸੀਂ ਹੋ ਸਕਦਾ ਪਹਿਲਾਂ ਹੀ ਗੋਲੀ ਵੀ ਚਲਾ ਦਈਏ ਮੈਨੂੰ ਦੱਸ ਜਾਇਆ ਕਰੋ ਮੇਰੀ ਚੌਂਕੀ 'ਚ ਨੋਟ ਕਰਾ ਜਾਇਆ ਕਰੋ ਵੀ ਅੱਜ ਰਾਤ ਨੂੰ ਮੈਂ ਸਾਡੀ ਪਾਣੀ ਦੀ ਵਾਰੀ ਹੈ ਜਾਂ ਮੋਟਰ ਆਉਣੀ ਹੈ ਅਤੇ ਕੋਈ ਗੱਲ ਨਹੀਂ ਉਹ ਇਸ ਗੱਲ ਤੋਂ ਬੜੇ ਖੁਸ਼ ਹੋਏ ਵੀ ਇਹ ਇਹਦੀ ਅਲੱਗ ਤਰ੍ਹਾਂ ਦੀ ਡਿਊਟੀ ਕਰਨ ਦਾ ਤਰੀਕਾ ਵੱਖਰੀ ਅਪਰੋਚ ਹੈ ਸੋ ਇਸ ਤਰ੍ਹਾਂ ਦੀਆਂ ਗੱਲਾਂ ਨੇ ਜਿਹੜੀਆਂ ਉਹ ਰਾਓ ਸਾਹਿਬ ਇਹ ਬੜਾ ਹੁੰਦਾ ਰਿਹਾ ਉਹਨਾਂ ਵੇਲਿਆਂ ਦੇ ਵਿੱਚ ਖਾਸ ਕਰਕੇ ਪੰਜਾਬੀ ਬੰਦੇ ਤਾਂ ਸਮਝਦੇ ਸੀਗੇ ਜਿਹੜੇ ਯੂਪੀ ਬਿਹਾਰ ਦੇ ਜਾਂ ਹੋਰ SCRPF ਦੇ ਜਵਾਨ ਹੁੰਦੇ ਸੀ ਉਹ ਸਾਡੇ ਪਿੰਡਾਂ 'ਚ ਵੀ ਮੋਸਟਲੀ ਇਹ ਹੁੰਦਾ ਸੀ ਕਿ ਸੂਏ ਕੱਸੀਆਂ ਦੇ ਪੁਲਾਂ ਦੇ ਉੱਤੇ ਨਾਕੇ ਲੱਗਦੇ ਜਿਹਨੇ ਖੇਤ ਜਾਣਾ ਹੁੰਦਾ ਉਹਨੂੰ ਉੱਥੇ ਬਾਹਰ ਹੀ ਰੱਖਦੇ ਸੀਗੇ ਬੜਾ ਲੋਕਾਂ ਨੇ ਇਹ ਸੰਤਾਪ ਹੋ ਗਿਆ ਇਹ ਗਲਤ ਸੀ ਹਾਂ ਹਾਂ ਬਿਲਕੁਲ ਗਲਤ ਸੀ ਜੀ ਬਸ ਤੁਸੀਂ ਸਮਝ ਲਓ ਵੀ ਆਲੇ ਨਾਲ ਇੱਕ ਕਿਸਮ ਦਾ ਹੋਣਾ ਪੁਲਿਸ ਦਾ ਉਹ ਉਸ ਤਰ੍ਹਾਂ ਦਾ ਰਵੱਈਆ ਬਣਿਆ ਹੋਇਆ ਸੀ ਪੁਲਿਸ ਦਾ ਵੀ ਅਸੀਂ ਕੁਛ ਮਰਜ਼ੀ ਕਿਸੇ ਨਾਲ ਕੁਛ ਵੀ ਕਰ ਜਾਈਏ ਮਨੁੱਖੀ ਅਧਿਕਾਰ ਤਾਂ ਨੇੜੇ ਤੇੜੇ ਦੀ ਗੱਲ ਨਹੀਂ ਸੀ ਜਿਹੜੀ ਮੈਂ ਗੱਲ ਕੀਤੀ ਹੈ UN ਦੇ ਜਿਹਦਾ ਜ਼ਿਆਦਾ ਖਿਆਲ ਰੱਖਿਆ ਜਾਂਦਾ ਉਹਦਾ ਤਾਂ ਕੋਈ ਖਿਆਲ ਹੀ ਨਹੀਂ ਸੀਗਾ ਵੀ ਕੋਈ ਬੱਚਾ ਨਹੀਂ ਕੋਈ ਔਰਤ ਨਹੀਂ ਕੋਈ ਜਵਾਨ ਨਹੀਂ ਕੋਈ ਬਜ਼ੁਰਗ ਨਹੀਂ ਕਿਸੇ ਕਿਸਮ ਦੇ ਕੋਈ ਬੋਲਣ ਦਾ ਹਿਸਾਬ ਕਿਤਾਬ ਨਹੀਂ ਉਹ ਤਾਂ ਹੈਗਾ ਹੀ ਸੀ ਖੈਰ ਉਸ ਤਰ੍ਹਾਂ ਦਾ ਚੱਲਦਾ ਸੀਗਾ ਕਰਦੇ ਸੀਗੇ ਇਸ ਤਰ੍ਹਾਂ ਜਾਂ ਉਸ ਤਰ੍ਹਾਂ ਬਿਨਾਂ ਵਜ੍ਹਾ ਵੀ ਪਰੇਸ਼ਾਨ ਕਰ ਲੈਣਾ ਕੱਲ੍ਹ ਨੂੰ 4 ਪੈਸੇ ਲਵਾਂਗੇ ਇਹ ਵੀ ਹੋ ਜਾਂਦਾ ਇੱਕ ਜਿਹੜਾ ਹੋਰ ਸਿਸਟਮ ਚੱਲਦਾ ਰਿਹਾ ਕਿ ਸਰ ਦੇ ਪੁੱਜ ਦੇ ਘਰ ਦਾ ਮੁੰਡਾ ਚੱਕ ਲਿਆ ਜਾਂਦਾ ਮੁਕਾਬਲੇ 'ਚ ਉਹਨੂੰ ਦਿਖਾ ਦਿੱਤਾ ਜਾਂਦਾ ਜਾਂ ਤਾਂ ਪੈਸੇ ਜਾਂ ਫਿਰ ਗੋਲੀ ਇਹ ਕਿੰਨਾ ਕੁ ਚੱਲਦਾ ਰਿਹਾ ਤੁਹਾਡੇ ਵਿਆਹ 'ਚ ਇਹ ਤੁਸੀਂ ਕੁਛ ਦਿਨ ਪਹਿਲਾਂ ਸ਼ਾਇਦ ਮੇਰੇ ਹੀ ਬੈਚਮੇਟ ਨੇ ਸਰਦਾਰ ਬਲਵਿੰਦਰ ਸਿੰਘ ਸੇਖੋਂ ਉਹਨਾਂ ਦੀ ਇੱਕ ਉਸ ਸਾਡੇ ਤੋਂ ਪੁਰਾਣੇ ਰਿਟਾਇਰਡ ਥਾਣੇਦਾਰ ਨਾਲ ਗੱਲਬਾਤ ਸ਼ਾਇਦ ਤੁਸੀਂ ਸੁਣੀ ਹੋਵੇ ਮੀਡੀਆ 'ਚ ਉਹਨਾਂ ਨੇ ਸ਼ਰਿਆਮ ਉਹ ਮੰਨੇ ਨੇ ਇਸ ਗੱਲ ਨੂੰ ਵੀ ਇਹ ਹੁੰਦਾ ਸੀ ਵੀ ਜੇ ਕਿਸੇ ਦਾ ਮੁੰਡਾ ਚੱਕਿਆ ਗਿਆ ਉਹ ਨਾਲ ਦੀ ਨਾਲ ਆਂਢ ਗੁਆਂਢ ਨਾਲ ਲੱਗਦੀ ਜ਼ਮੀਨ ਵਾਲਿਆਂ ਨੂੰ ਪੁੱਛਣ ਨਿਕਲ ਜਾਂਦਾ ਸੀਗਾ ਵੀ ਮੇਰੀ ਜ਼ਮੀਨ ਕਿੱਲਾ ਲੈ ਲਓ 2 ਕਿੱਲੇ ਲੈ ਲਓ ਛੇਤੀ ਮੈਨੂੰ ਪੈਸਿਆਂ ਦੀ ਲੋੜ ਹੈ ਮੁੰਡੇ ਦੀ ਜਾਨ ਬਚਾਉਣੀ ਨਹੀਂ ਤਾਂ ਗਿਆ ਉਹ ਮੰਨਣਾ ਪਊਗਾ ਇਹ ਹੈਗਾ ਸੀ ਅੱਖੀਂ ਦੇਖਿਆ ਵੀ ਹੈ ਇਸ ਤਰ੍ਹਾਂ ਦੇ ਪੁਲਿਸ ਅਫਸਰ ਵੀ ਨੇ ਰਹੇ ਨੇ ਸੋ ਇੱਦਾਂ ਦਾ ਚੱਲਦਾ ਸੀ ਬਾਕੀ ਪਿਛਲੀ ਵਾਰੀ ਉਹ ਉਸ ਦੇ ਵਿੱਚ ਉਸ ਜਿਹੜੀ ਮੈਂ ਤੁਹਾਨੂੰ ਦੱਸ ਰਿਹਾ ਉਹਦੇ ਵਿੱਚ ਇਹ ਵੀ ਜ਼ਿਕਰ ਆ ਵੀ ਇੱਕ ਹੋਮਗਾਰਡ ਦੇ ਜਵਾਨ ਨੂੰ ਤੋਂ ਇੱਕ ਬੰਦਾ ਮਰਵਾ ਕੇ ਉਹਨੂੰ ਨਾਲ ਦੇ ਨਾਲ ਸਿਪਾਹੀ ਬਣਾਇਆ ਗਿਆ ਅਤੇ ਉਹਨੂੰ SHO ਦਾ ਗਨਮੈਨ ਲਾ ਦਿੱਤਾ ਗਿਆ ਮਹੀਨੇ 2 ਮਹੀਨੇ ਬਾਅਦ ਉਸੇ SHO ਨੂੰ ਬਦਲ ਕੇ ਉਹਦੀ ਥਾਂ 'ਤੇ ਉਹਨੂੰ SHO ਲਾ ਦਿੱਤਾ ਗਿਆ ਹੋਮਗਾਰਡ ਵਾਲੇ ਹੋਮਗਾਰਡ ਤੋਂ ਸਿਪਾਹੀ ਬਣਿਆ ਅਤੇ ਸਿਪਾਹੀ ਨੂੰ ਇੰਚਾਰਜ ਲਾ ਉਸੇ ਥਾਣੇ ਦਾ ਇੰਚਾਰਜ ਰਹਿ ਗਿਆ ਲਾ ਦਿੱਤਾ ਗਿਆ ਜਿਹਦਾ ਜਿਹੜਾ SHO ਦਾ ਉਹ ਗਨਮੈਨ ਸੀ ਉਹਦੇ ਬਦਲ ਤੋਂ ਬਾਅਦ ਉਹਨੂੰ ਲਾ ਦਿੱਤਾ ਗਿਆ 2 ਸਟਾਰ ਜਾਲੀ ਟਾਂਕੇ ਅਤੇ ਉਹਦੇ ਵਿੱਚ ਉਹਨਾਂ ਨੇ ਗਿਣਤੀ ਵੀ ਦੱਸੀ ਹੋਈ ਹੈ ਵੀ ਕਿੰਨੇ ਕੁ ਤਾਂ ਉਹਨਾਂ ਨੂੰ ਲਿਸਟ ਦਿੱਤੀ ਗਈ ਵੀ ਆਹ ਤਾਂ ਮੁਕਾਉਣੇ ਨੇ ਬਾਕੀ ਤੇਰਾ ਆਪਣਾ ਅਲੱਗ ਤੋਂ ਕੰਮ ਹੈ ਸੋ ਇੱਦਾਂ ਦਾ ਸਾਰਾ ਕੁਝ ਚੱਲਦਾ ਰਿਹਾ ਜੀ ਇੱਕ ਚੀਜ਼ ਹੋਰ ਜਿਹੜੀ ਅਕਸਰ ਉਦੋਂ ਸੁਣਨ ਨੂੰ ਮਿਲਦੀ ਸੀ ਕਿ ਝੂਠਾ ਪੁਲਿਸ ਮੁਕਾਬਲਾ ਬਣਾ ਦਿੱਤਾ ਜਾਂਦਾ ਬਹੁਤੇ ਵਾਰੀ ਉਹਦੇ 'ਚ ਇੱਕ ਦੋ ਹੋਮਗਾਰਡ ਵਾਲੇ ਜਿਹੜੇ ਆ ਉਹਨਾਂ ਨੂੰ ਵੀ ਜ਼ਖਮੀ ਕਰ ਦਿੱਤਾ ਜਾਂਦਾ ਜਾਂ ਗੋਲੀ ਮਾਰ ਦਿੱਤੀ ਜਾਂਦੀ ਇਹ ਕਿੰਨਾ ਕੁ ਸਹੀ ਹੈ